एक पासे सरहद पार तो आए ड्रोन ने हथियार सुटे, तो दूजे पासे ड्रोन साजिश नाकाम कीती गई। ए पंजाब दे सरहदी इलाकियां दीआं तस्वीरां ने फिरोजपुर दे विच पिंड आरिफ के नेड़े खेतां चो इस चिट्टे पैकेट चो नापाक साजिश निकली है, जो वेला रहिंदे नाकाम कीती गई है। खेतां च काम कर रहे मजदूर ने किसान नूं जानकारी दित्ती कि खेत च कुछ शक्की समान मिले, सर्च ऑपरेशन चलाया गया ते पैकेट चो मिली AK-47 मैगजीन ते कुछ होर हथियार। ਸਾਡੇ ਪਿੰਡ ਦੇ ਕੁਲਦੀਪ ਸਿੰਘ ਦੀ ਜ਼ਮੀਨ ਆ ਅਤੇ ਉਹ ਸਪਰੇਅ ਕਰਾ ਰਹੇ ਸੀ ਸ਼ਾਮ ਟਾਈਮ 6 ਵਜੇ ਦੇ ਲਗਭਗ। ਸਾਡੇ ਪਿੰਡ ਦੇ ਹੀ ਲੇਬਰ ਦੇ ਬੰਦੇ ਸੀ, ਉਹਨਾਂ ਨੂੰ ਇਸ ਤਰ੍ਹਾਂ ਜਾਪਿਆ ਵੀ ਜਿਵੇਂ ਕੋਈ ਛੱਕੀ ਚੀਜ਼ ਹੈ ਲੱਕੜੀ ਦੇ ਵਿੱਚ ਅਤੇ ਬੋਰੀ ਦੇ ਵਿੱਚ ਲਪੇਟੀ ਹੋਈ ਸੀ। ਉਹਨਾਂ ਜ਼ਮੀਨ ਦੇ ਮਾਲਕ ਨੂੰ ਵੀ ਆਵਾਜ਼ ਮਾਰ ਕੇ ਦੱਸਿਆ, ਉਹਨਾਂ ਵੇਖਿਆ। ਉਸ ਤੋਂ ਬਾਅਦ ਅਸੀਂ ਵੀ ਸਾਰਿਆਂ ਨੇ ਪਿੰਡ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ, SSP ਸਾਹਿਬ ਵੀ ਆਏ, ਉਹ ਸਾਰਾ ਜਿੰਨਾ ਵੀ ਉਹ ਸਮਾਨ ਸੀ ਆਪਣੇ ਨਾਲ ਲੈ ਗਏ। ਦੱਸਿਆ ਰਾਤ ਵੀ AK-47 ਸੀ, ਕੋਈ 2 ਮੈਗਜ਼ੀਨ ਤੇ ਕੁਛ ਨਾਲ ਇਹੋ ਜਿਹਾ ਸਮਾਨ ਸੀ। ਤਰਨ ਤਾਰਨ ਚ ਵੀ ਕੁਝ ਅਜਿਹਾ ਹੀ ਹੋਣ ਵਾਲਾ ਸੀ ਜੇਕਰ BSF ਮੁਸਤੈਦੀਨਾ ਦਿਖਾਉਂਦੀ। ਤਰਨ ਤਾਰਨ ਦੇ ਵਿੱਚ ਖਾਲੜਾ ਚ ਪੈਂਦੀ BOP ਧਰਮਾਂ ਚ ਡਰੋਨ ਨਜ਼ਰ ਆਇਆ। 27-28 ਸਤੰਬਰ ਦੀ ਦਰਮਿਆਨੀ ਰਾਤ 11:10 ਤੇ ਡਰੋਨ ਨਜ਼ਰ ਆਇਆ। 3 ਮਿੰਟ ਬਾਅਦ ਪਾਕਿਸਤਾਨ ਵਾਲੇ ਪਾਸੇ ਡਰੋਨ ਮੁੜ ਗਿਆ। BSF ਦੀ 103 ਬਟਾਲੀਅਨ ਨੇ 20 ਰਾਊਂਡ ਫਾਇਰ ਵੀ ਕੀਤੇ। ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਵੀ ਚਲਾਇਆ ਗਿਆ। ਪੰਜਾਬ ਪੁਲਿਸ ਸਣੇ BSF ਅੱਗੇ ਸਰਹੱਦ ਪਾਰੋਂ ਹੋਣ ਵਾਲੀਆਂ ਇਹ ਸਾਜ਼ਿਸ਼ਾਂ ਸਭ ਤੋਂ ਵੱਡੀ ਚੁਣੌਤੀ ਨੇ। ਹਾਲਾਂਕਿ BSF ਪੂਰੀ ਤਰ੍ਹਾਂ ਨਾਲ ਮੁਸਤੈਦ ਹੈ, ਪਰ ਫਿਰ ਵੀ ਦੇਸ਼ ਦੇ ਦੁਸ਼ਮਣ ਹਥਿਆਰ ਸਰਹੱਦ ਪਾਰ ਭੇਜਣ ਦੇ ਵਿੱਚ ਕਾਮਯਾਬ ਹੁੰਦੇ ਨੇ। ਡਰੋਨ ਰਾਹੀਂ ਹਥਿਆਰ ਆਉਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਬਹੁਤ ਲੋਕ ਇਨਵੈਸਟੀਗੇਟ ਹੋਏ, ਲੇਕਿਨ ਜਿੰਨਾ ਤੁਸੀਂ ਫੜਦੇ ਸੇ ਇੰਨਾ ਪਾਕਿਸਤਾਨ ਦੇ ਡਰੋਨ ਅੱਜ ਨਹੀਂ ਅਖਬਾਰਾਂ 'ਚ ਕੋਈ ਕੱਢੇ ਹੋਏ, ਉੱਥੇ ਲੱਗੇ ਹੋਏ ਤੇ ਬੰਡਲ ਜੋ ਪਾਕਿਸਤਾਨ ਦੇ ਵਿੱਚੋਂ ਆਏ ਨੇ ਡਰੋਨਸ ਲੈ ਕੇ ਆਉਂਦੇ ਨੇ। ਵੀ ਹੈਵ ਡਨ ਸਮਥਿੰਗ, ਬਟ ਅਨਫੋਰਚੂਨੇਟਲੀ ਇਟ ਹੈਜ਼ ਟੂ ਬੀ ਅ ਕਨਸਰਟਡ ਐਫਰਟ। ਇਸ ਗਵਰਨਮੈਂਟ ਇਸ ਐਨੀ ਗਵਰਨਮੈਂਟ ਪੰਜਾਬ ਦੇ ਵਿੱਚ ਸਰਕਾਰ ਔਰ ਦਿੱਲੀ ਦੀ ਸਰਕਾਰ ਹੈਵ ਟੂ ਵਰਕ ਟੁਗੈਦਰ, ਅਗਰ ਇਸ ਨੂੰ ਆਪਾਂ ਨੂੰ ਖਤਮ ਕਰਨਾ ਪਊ। ਔਰ ਇਹ ਆ ਜਿਹੜੇ ਸਰਕਾਰ ਹੈ, ਇਹ ਤਾਂ ਦਿੱਲੀ ਵਾਲਿਆਂ ਨਾਲ ਗੱਲ ਵੀ ਨਹੀਂ ਕਰਨ ਨੂੰ ਤਿਆਰ, ਬਸ ਕਨਫਰੰਟੇਸ਼ਨਲ ਪਾਲਿਸੀ ਹੈ ਦਿੱਲੀ ਦੇ ਨਾਲ। ਹਾਊ ਕੈਨ ਯੂ ਹੈਂਡਲ ਪੰਜਾਬ ਦਿਸ ਵੇ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਹਮੇਸ਼ਾ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦਾ ਹੈ ਤੇ ਦੁਸ਼ਮਣ ਦੀਆਂ ਸਾਜ਼ਿਸ਼ਾਂ ਅਜੇ ਵੀ ਜਾਰੀ ਨੇ। ਹਾਲਾਤ ਇਸ ਲਈ ਵੀ ਗੰਭੀਰ ਨੇ ਕਿਉਂਕਿ ਸਰਹੱਦ ਪਾਰ ਬੈਠੇ ਦਹਿਸ਼ਤਗਰਦਾਂ ਦੀ ਗੈਂਗਸਟਰਾਂ ਅਤੇ ਸਮਗਲਰਾਂ ਨਾਲ ਗੰਢ ਤੋਪ ਹੈ, ਜੋ ਲਗਾਤਾਰ ਵੱਧ ਰਹੀ ਹੈ। ਇਸ ਨੈਕਸਸ ਕੋਲ ਆਧੁਨਿਕ ਹਥਿਆਰ ਨੇ, ਜਿਨ੍ਹਾਂ ਚੋਂ ਜ਼ਿਆਦਾਤਰ ਤਾਰੋਂ ਪਾਰ ਆਉਂਦੇ ਨੇ। ਇਹ ਲੋਕ ਸਰਹੱਦੀ ਇਲਾਕਿਆਂ ਬਾਰੇ ਚੰਗੀ ਜਾਣਕਾਰੀ ਰੱਖਦੇ ਨੇ ਅਤੇ ਜਿੰਨੀਆਂ ਵੀ ਪਿਛਲੇ ਦਿਨੀ ਵੱਡੀਆਂ ਵਾਰਦਾਤਾਂ ਹੋਈਆਂ ਨੇ, ਉਹਨਾਂ ਦੇ ਤਾਰ ਪਾਕਿਸਤਾਨ ਚੋਂ ਹੁੰਦੇ ਹੋਏ ਵਿਦੇਸ਼ਾਂ ਨਾਲ ਜੁੜਦੇ ਨੇ।